ਉਹ ਸਾਡਾ ਇੱਥੇ ਬਣ ਇੰਗਲੈਂਡ ਗਿਆ ਡੋਲਾ ਮਿਲ ਗਿਆ ਲੱਖਾਂ ਪੱਤੀ ਹੋਏ ਜੀ। ਬਿਲਕੁਲ ਮਾੜੀਓ ਭੈਣੋ ਅਤੇ ਮਾੜੇ ਭਰਾਓ, ਇਨਸਾਨੀ ਜ਼ਿੰਦਗੀ 'ਚ ਦੋ ਹੀ ਐਸੇ ਲਮਹਾਤ ਅੱਛੇ ਨੇ ਜਿਸ ਲਈ ਬਹੁਤ ਜ਼ਿਆਦਾ ਖੁਸ਼ ਹੋਣਾ ਉਸ ਲਈ ਗੁਣਗੁਣਾਉਣਾ, ਜਾਂ ਜਿਸ ਲਈ ਬਹੁਤ ਜ਼ਿਆਦਾ ਸੈਡ ਹੋਣਾ। ਆਸਾਨ ਸਿਚੁਏਸ਼ਨ ਇਹ ਹੈ ਕਿ ਅਸਾਂ ATM ਦੇ ਅੰਦਰ ਮੌਜੂਦ ਹਾਂ, ਅਸਾਂ ਤੱਕ ਹੀ ਸਕਦੇ ਹਾਂ, ਲੋਟਾਂ ਪਰ ਨੋਟ ਕੱਢੀ ਰਹੇ ਹਾਂ, ਇਸ ਟਾਈਮ ਛਾਪੀ ਰਹੇ ਹਾਂ, ਤਾਂ ਅਸਾਂ ਜ਼ਾਹਿਰ ਫੀਲਿੰਗ ਹੈਪੀ ਹੈਪੀ ਹੈ ਇਸ ਟਾਈਮ। ਬੇਸਿਕਲੀ ਜਿਹੜਾ ਨਾ ਆਪਣੀ ਮੈਂ ਅਰਨਿੰਗ ਔਨਲਾਈਨ ਨਹੀਂ ਹੈ, ਕੰਮ ਹੀ ਸ਼ੋਅ ਕੀਤੀ ਹੈ। ਅਤੇ ਜਦੋਂ ਵੀ ਸ਼ੋਅ ਕੀਤੀ ਹੈ ਮਕਸਦ ਇਹ ਹੋਇਆ ਕਿ ਭੈਣਾਂ ਭਰਾ ਕਿ ਮੋਟੀਵੇਟ ਹੀ ਕਰਾਂ ਕਿ ਇਸ ਫੀਲਡ 'ਚ ਅੱਛਣ, ਬਹੁਤ ਜ਼ਿਆਦਾ ਪੈਸਾ ਆ। ਮੈਂ ਆਪ ਵੀ ਬੇਸਿਕਲੀ ਕੰਮ ਸ਼ੋਅ ਕਰਨਾ ਹੈ, ਕਿਉਂਕਿ ਜਿਸ ਲਈ ਜ਼ਿਆਦਾ ਸ਼ੋਅ ਕਰੋ ਨਾ ਤਾਂ ਤੁਸਾਂ ਨੇ ਭੈਣਾਂ ਭਰਾ ਨੇ ਕੋਮੈਂਟ ਅੱਛਣੇ ਨੀਚੇ ਬੜੀ ਸੈਡ ਜੀ ਸ਼ਾਇਰੀ ਲਿਖੀ ਹੋਣੀ ਹੈ ਤੁਸਾਂ ਕਿ ਜੋ ਖਾਨਦਾਨੀ ਰਹੀ ਸੇ ਮਿਜ਼ਾਜ ਰੱਖਦੇ ਹੈ ਨਰਮ ਆਪਣਾ, ਤੁਹਾਰਾ ਲਹਿਜਾ ਬਤਾ ਰਿਹਾ ਹੈ ਤੁਹਾਰੀ ਦੌਲਤ ਨਹੀਂ ਨਹੀਂ ਹੈ। ਫਿਰ ਇਸ ਵਜ੍ਹਾ ਤੋਂ ਵੀ ਜਿਹੜਾ ਨਹੀਂ ਹੈ ਕੁਸੇ ਲੈ ਸ਼ੋਅ ਅਰਨਿੰਗ ਜਿਹੜੀ ਨਾ ਹਰ ਰੋਜ਼ ਮਤਲਬ ਹਰ ਮੰਥ ਨਾ ਸ਼ੋਅ ਕਰਨੇ ਹੋਣੇ, ਕੁਸੇ ਕੁਸੇ ਲੈ ਸ਼ੋਅ ਕਰਨੇ ਹੋਣੇ ਤੁਸੀਂ ਮੋਟੀਵੇਟ ਕਰਨੇ ਵਾਸਤੇ। ਇਹ ਜਿਹੜੀ ਅਰਨਿੰਗ ਹੈ ਨਾ ਤਕਰੀਬਨ 2 ਲੱਖ ਹੈ, 1 ਲੱਖ ਅਜੇ ਕੱਢਣਾ ਆ, 3 ਲੱਖ ਮੁਕੰਮਲ ਕਰਨਾ ਆ। ਅਤੇ ਇਹ ਅਰਨਿੰਗ ਜਿਹੜੀ ਹੈ ਨਾ ਸ਼ੋਅ ਕਰਨੇ ਨਾ ਬੇਸਿਕਲੀ ਅੱਜ ਮਕਸਦ ਇਹ ਹੈ ਕਿ ਐਜ਼ ਅ ਕਸ਼ਮੀਰੀ ਐਜ਼ ਅ ਮੀਰਪੁਰੀ ਕਿ ਆਪਣੇ ਉੱਪਰ ਪ੍ਰਾਊਡ ਹੈ ਕਿ ਤਕਰੀਬਨ ਜਿਹੜਾ ਨਹੀਂ ਹੈ ਤਕਰੀਬਨ ਕਹਿ 6 ਸੈਕਿੰਡ ਨੇ ਜਿਹੜਾ ਨਹੀਂ ਹੈ ਮੈਂ 3 ਲੱਖ ਅਰਨ ਕੀਤਾ ਆ, ਹਾਸਲ ਕੀਤਾ ਆ। ਮਤਲਬ ਕਿ 1 ਸੈਕਿੰਡ ਜਿਹੜਾ ਨਹੀਂ ਹੈ ਮਾੜਾ 50,000 ਰੁਪਏ ਵਿੱਚ ਗਿਆ ਆ। ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੋਇਆ, ਇਹ ਸਾਰਾ ਜਿਹੜਾ ਨਹੀਂ ਹੈ ਇਹ ਮਾਜਰਾ ਕਿਆ ਹੋਇਆ, ਇਹ ਆਏ ਕੁੱਥੋਂ, ਇਹ ਮਾਮਲਾ ਕਿਆ ਹੈ, ਇਨਸ਼ਾਅੱਲਾ ਤੁਸੀਂ ਬਾਅਦ ਹੀ ਦੱਸਣਾ। 1 ਲੱਖ ਕੱਢੀ ਕਿਨਾ ਤਾਂ ਫਿਰ ਈਜ਼ੀ ਹੋਈ ਨਾ, ਤਾਂ ਫਿਰ ਤੁਸੀਂ ਮਿਲਣੇ ਆ ਜਾਓ ਜੀ ਰਾਸ਼ਦ ਸਾਹਿਬ, ਵਾਪਸ ਆ ਜਾਓ, ਫਿਰ ਬਣੇ ਆ ਕਾਰਡ, 1 ਲੱਖ ਮਜ਼ੀਦ ਕੱਢਣੇ। ਤਾਂ ਬੇਸਿਕਲੀ ਮਾਮਲਾ ਕੁਝ ਇਸ ਤਰੀਕੇ ਨਾਲ ਹੋਇਆ ਨਾ ਕਿ ਪਾਕਿਸਤਾਨ ਨੇ ਇੱਕ ਬਹੁਤ ਬੜਾ ਮੀਡੀਆ ਚੈਨਲ ਹੈ, ਉਹਨਾਂ ਗਲਤੀ ਇਹ ਕੀਤੀ ਹੈ ਕਿ ਮਾੜਾ ਉਹਨਾਂ ਡਰੋਨ ਫੁਟੇਜ ਯੂਜ਼ ਕੀਤੇ 6 ਸੈਕਿੰਡ ਨੇ ਆਪਣੀ ਵੀਡੀਓ ਵਿੱਚ। ਯੂਟਿਊਬ ਵਿੱਚ ਇਹ ਹੋਣਾ ਹੈ ਕਿ ਅਗਰ ਤੁਸੀਂ ਕਿਸੇ ਨਾਲ ਕੰਟੈਂਟ ਚੋਰੀ ਕਰਨੇ ਹੋ ਨਾ, ਵੀਡੀਓ ਜ਼ਰਾ ਇੱਕ ਵੀ ਚੋਰੀ ਕਰਨੇ ਹੋ ਨਾ, ਅਗਲਾ ਕੋਈ ਬੰਦਾ ਸ਼ਿਕਾਇਤ ਲਾਈ ਹੋੜਾ ਕਿ ਉਹ ਫਲਾਂ ਬੰਦੇ ਮਾੜਾ ਕੰਟੈਂਟ ਚੋਰੀ ਕੀਤਾ ਆ, ਤਾਂ ਯੂਟਿਊਬ ਫਿਰ ਉਸਨੇ ਚੈਨਲ ਕੀ ਸਟ੍ਰਾਈਕ ਭੇਜਣਾ ਅਤੇ ਉਸਦਾ ਚੈਨਲ ਡੈਮੇਜ ਹੋਈ ਜਾਣਾ ਆ। ਲੇਕਿਨ ਭਾਈ ਸਾਹਿਬ ਹੋਰਾਂ ਇਸ ਤਰੀਕੇ ਨਾਲ ਕੀਤਾ, ਜਿਹੜੇ ਚੈਨਲ ਲੈ ਸੀ ਉਹਨਾਂ ਇਸ ਤਰੀਕੇ ਨਾਲ ਕੀਤਾ ਕਿ ਚਾਇਆ ਕਲਿੱਪ ਖੜੀ ਸ਼ਰੀਫ ਦਰਬਾਰ ਨਾ ਤਾਂ ਆਪਣੀ ਵੀਡੀਓ ਵਿੱਚ ਯੂਜ਼ ਕੀਤਾ। ਉਹਨਾਂ ਪਰਮਿਸ਼ਨ ਕਿ ਨਹੀਂ, ਇਜਾਜ਼ਤ ਨਹੀਂ ਸਮਝੀ ਕਿ ਪਰਮਿਸ਼ਨ ਚਾਹੀਦੀ ਨਾ, ਉਹਨਾਂ ਸੋਚਿਆ ਕਿ ਸਾਰੇ ਲੱਲੂ ਪੰਜੂ ਲੋਕ ਮੀਰਪੁਰੀਏ ਲੋਕ ਹੈ, ਉਹਨੇ ਕਿਆ ਪਤਾ ਅਸਾਂ ਹੀ ਜਿਹੜੇ ਨਹੀਂ ਆ ਸਭ ਕੁਝ ਆ, ਲੇਕਿਨ ਉਹਨੇ ਕਿਆ ਪਤਾ ਸਾ ਕਿ ਬੜੇ ਬੜੇ ਜਿਹੜੇ ਨਹੀਂ ਹੋਣੇ ਉਹਨਾਂ ਤੋਂ ਬੜੇ ਵੀ ਹੋਣੇ। ਤਾਂ ਫਿਰ ਖੈਰ ਮੈਂ ਇਸ ਤਰੀਕੇ ਨਾਲ ਕੀਤਾ ਕਿ ਸਾਰਾ ਕੁਝ ਪਰੂਫ ਵਗੈਰਾ ਕਿਣੀ, ਅਤੇ ਯੂਟਿਊਬ ਵਾਲਿਆਂ ਕੀ ਮੇਲ ਕੀਤੀ ਕਿ ਜਨਾਬ ਉਹਨਾਂ ਮਾੜਾ ਕੰਟੈਂਟ ਚੋਰੀ ਕੀਤਾ ਆ। ਅਤੇ ਜੈਸੇ ਹੀ ਮੈਂ ਫਿਰ ਕੀਤਾ, ਤਕਰੀਬਨ 1.5 ਮਹੀਨੇ ਬਾਅਦ ਫਿਰ ਉਹਨਾਂ ਜਨਾਬ ਸਟ੍ਰਾਈਕ ਮਾਰੀ ਹੈ। ਜੈਸੀ ਸਟ੍ਰਾਈਕ ਮਾਰੀ ਹੈ ਤਾਂ ਕਾਲ ਆਈ ਉਹਨਾਂ ਨੇ ਠੱਗ ਕਰਨੀ 2 ਘੰਟਿਆਂ ਬਾਅਦ ਕਿ ਜਨਾਬ ਹਮਸੇ ਗਲਤੀ ਹੋ ਗਈ ਹੈ, ਤੋ ਇਸਕੇ ਲਈ ਮਾਫੀ ਚਾਹਤੇ ਹੈ। ਮੈਂ ਪਹਿਲੇ ਚਾਹੀਦੀ ਨੂੰ ਵਾਲਾ ਪਹਿਲੇ ਇਸ ਅਗਰ ਬਾਣੇ ਹੋ ਕਿ ਤੁਸੀਂ ਕਲਿੱਪ ਯੂਜ਼ ਕਰਨਾ ਮਾੜੀ ਵੀਡੀਓ, ਤਾਂ ਮੈਂ ਖੁਸ਼ੀ ਨਾਲ ਇਜਾਜ਼ਤ ਦੇਈ ਹੋਣਾ, ਕਿਉਂਕਿ ਮੈਂ ਪ੍ਰਾਊਡ ਵੈਲ ਕਿ ਇਤਨਾ ਬੜਾ ਮੀਡੀਆ ਚੈਨਲ ਹੈ ਜਿਸ ਮਾੜੇ ਕੋਲ ਪਰਮਿਸ਼ਨ ਕੀਤੀ, ਮਾੜੇ ਡਰੋਨ ਫੁਟੇਜਿਸ ਯੂਜ਼ ਕਰ ਸਨ, ਇਤਨੇ ਪਸੰਦ ਆਏ ਉਹਨਾਂ ਕੀ। ਫਿਰ ਉਹਨਾਂ ਆਇਆ ਕਿ ਹਰ ਜੁਰਮਾਨਾ ਦੱਸਾਂ ਜਾਂ ਥੋੜ੍ਹਾ ਜਿਹਾ 20,000 ਰੁਪਇਆ। ਮੈਂ ਤੁਸਾਂ 20,000 ਰੁਪਇਆ ਮੈਂ ਕੁੱਥੇ ਰੱਖਾਂ ਆ, ਲਿਹਾਜ਼ਾ ਮੈਂ ਉਹਨਾਂ ਕਿਹਾ ਹੈ ਕਿ ਜਾਇਜ਼ ਜਿਹਾ ਮੁਨਾਫਾ ਕਿੰਨਾ ਹੈ, ਕਿਉਂਕਿ ਤੁਸਾਂ ਕਿ ਵੀ ਨਾ ਨੁਕਸਾਨ ਹੋਇਆ ਤਾਂ ਮਿੱਕੀ ਵੀ ਨਾ ਹੋਇਆ। 3 ਲੱਖ ਰੁਪਏ ਨੇ ਮੈਂ ਫਿਰ ਉਹਨਾਂ ਵਾਸਤੇ ਡਿਮਾਂਡ ਕੀਤੀ ਹੈ, ਤਾਂ ਜਦੋਂ 3 ਲੱਖ ਨਹੀਂ ਡਿਮਾਂਡ ਕੀਤੀ ਪਹਿਲੇ ਤਾਂ ਬੜੀ ਮੁਸ਼ਕਿਲ ਨਾਲ ਮੰਨੇ, ਫਿਰ ਬੈਡ ਖੈਰ ਮੰਨਣਾ ਪਿਆ, ਕਿਉਂਕਿ ਜ਼ਾਹਿਰ ਹੈ ਉਹਨਾਂ ਨਾਲ ਮਸਲਾ ਸਾ, ਚੈਨਲ ਉਹਨਾਂ ਨਾਲ ਬੰਦ ਸਾ, ਕੁਝ ਟਾਈਮ ਵੀ ਚੈਨਲ ਬੰਦ ਰਿਹਾ ਤਾਂ ਫਿਰ ਮਾਮਲਾ ਜਿਹੜੇ ਨਹੀਂ ਹੋਣੇ। ਬੜੇ ਬੜੇ ਜੇ ਚੈਨਲ ਹੋਣੇ ਨਾ ਸਾਡੇ ਤਾਂ ਖੈਰ ਕੁਝ ਨਹੀਂ ਹੈ, ਅਸਾਂ ਕਿ ਸਟ੍ਰਾਈਕ ਪਈ ਜਾਏ ਤਾਂ 3 ਮਹੀਨੇ ਅਸਾਂ ਵੇਟ ਕਰੀ ਸਕਦੇ ਹਾਂ, ਲੇਕਿਨ ਉਹਨਾਂ ਜ਼ਾਹਿਰ ਨੁਕਸਾਨ ਹੋਣਾ ਆ। ਫਿਰ ਜਨਾਬ ਦਸਤੀ 24 ਘੰਟਿਆਂ ਨੇ ਅੰਦਰ ਅੰਦਰ ਉਹਨਾਂ ਪੈਸੇ ਟ੍ਰਾਂਸਫਰ ਅਕਾਊਂਟ 'ਚ ਟ੍ਰਾਂਸਫਰ ਕੀਤੇ, ਅਤੇ ਫਾਈਨਲੀ ਜਨਾਬ ਪੇਮੈਂਟ ਸ਼ੇਮੈਂਟ ਤਾਂ ਉਸ ਤੱਕੀ ਆ, ਅਸਾਂ ਵਸੂਲ ਕਰੀ ਕਹਿੰਦੀ, ਅਤੇ ਹੁਣ ਜੁਲਨੇ ਆ, ਸਾਰਾ ਕੰਮ ਤਾਂ ਹੀ ਆ, ਹੁਣ ਉਹਨਾਂ ਨਾਲ ਕੰਮ ਕਰਨੇ ਆ ਉਹ, ਕਿਉਂਕਿ ਡਡਿਆਲ ਆਏ ਸਪੈਸ਼ਲੀ ਸਟ੍ਰਾਈਕ ਰਿਮੂਵ ਕਰਾਉਣ ਵਾਸਤੇ, ਅਤੇ ਬਾਕੀ ਜੁਲਿਆ ਡਡਿਆਲ ਅਤੇ ਸਟ੍ਰਾਈਕ ਰਿਮੂਵ ਕਰਨੇ ਆ, ਤਾਂ ਰਾਸ਼ਦ ਸਾਹਿਬ ਹੋਰਾਂ ਕਿ ਵੀ ਜੁਆਇਨ ਕਰਸਾਂ, ਕਿਉਂਕਿ ਬੜੇ ਦਿਨ ਹੋਏ ਕਿ ਰਾਸ਼ਦ ਸਾਹਿਬ ਹੋਰ ਨਹੀਂ ਮਿਲੇ ਸੇ, ਕਿਉਂਕਿ ਮੈਂ ਜਿਸ ਵੇਲੇ ਲੈਂਦਾ ਹੋਣਾ ਤਾਂ ਰਾਸ਼ਦ ਸਾਹਿਬ ਚੜ੍ਹਦਾ, ਮੈਂ ਚੜ੍ਹਦਾ ਹੋਣਾ ਸਾਂ ਉਸ ਵੇਲੇ ਰਾਸ਼ਦ ਸਾਹਿਬ ਲੈਂਦਾ। ਲੈਟਸ ਗੋ ਜੀ। ਬਿਲਕੁਲ ਮਾੜੀਓ ਭੈਣੋ ਅਤੇ ਮਾੜੇ ਭਰਾ, ਫਾਈਨਲੀ ਜਨਾਬ ਸਾਰੇ ਮਾਮਲਾਤ ਤੈਅ ਪਾਏ ਔਰ ਪੇਮੈਂਟ ਸ਼ੇਮੈਂਟ ਵੀ ਅਲਹਮਦੁਲਿਲਾ ਅਕਾਊਂਟ 'ਚ ਆਈ ਹੈ। ਜਿਹੜੀ ਖੁਸ਼ੀ ਹੈ ਉਸ ਨਾਲ ਇਜ਼ਹਾਰ ਤਾਂ ਕਰ ਹੀ ਨਾ ਸਕਣੇ, ਕਿਉਂਕਿ ਇੱਕਦਮ ਮੱਛ ਨਹੀਂ ਵਹਿ ਤਾਂ ਮੈਂ ਫਿਰ ਕਮਾਲ ਹੀ ਹੋ ਜਾਣਾ। ਬਾਕੀ ਅਤੀਕ ਬਾਈ ਇਸ ਟਾਈਮ ਲੱਗੇ ਹੋਏ ਸਟ੍ਰਾਈਕ ਰਿਮੂਵ ਕਰਨੇ ਵਾਸਤੇ। ਹਾਂਜੀ ਅਤੀਕ ਬਾਈ ਜੀ, ਕਰਾਂ ਜੀ ਬਿਸਮਿਲ੍ਲਾ। ਤੁਸੀਂ ਆਇਆ ਤਾਂ ਕੰਮਾਂ 'ਚ ਮਸਰੂਫ ਹੋ, ਚਲੋ ਤੁਸੀਂ ਥੋੜ੍ਹਾ ਆਪੋ ਸਾਰਾ ਵੀ ਮਾਮਲਾ ਹੈ ਕਿ ਇੱਕ ਸਾਈਡ ਖੁਸ਼ੀ ਹੈ ਅਤੇ ਦੂਜੀ ਸਾਈਡ ਫਿਰ ਚਲੋ ਪੂਰੇ ਕਰੀ ਕਿਸੇ ਨਾ ਕੁਦਰਣਾ ਕੁਦਰੂ, ਕਿਉਂਕਿ ਉਹਨਾਂ ਨਾਲ ਤਾਂ ਬਾਹਾਂ ਹੱਥਾਂ ਨਾਲ ਕੰਮ ਹੈ, ਘੰਟਿਆਂ ਨਹੀਂ ਮਾਰ ਹੈ। ਬਾਕੀ ਰਾਸ਼ਦ ਸਾਹਿਬ ਵੀ ਨਾਲ ਹੈ ਇਸ ਟਾਈਮ, ਸੁਣੀ ਤੱਕੀ ਰਹੇ ਕਿ ਸਟ੍ਰਾਈਕ ਕਿਸ ਤਰ੍ਹਾਂ ਰਿਮੂਵ ਕਰੀ ਰਹੇ। ਬਾਕੀ ਹੈ ਕਿ ਅਲਹਮਦੁਲਿਲਾ ਇਨਸ਼ਾਅੱਲਾ ਗਾਇਬ ਗਾਇਬ ਸਨਲ ਰਾਸ਼ਦ ਸਾਹਿਬ ਤੁਸੀਂ ਵੀਡੀਓ 'ਚ ਕੋਣੀ ਆਏ ਸੀ?
ਲੈਜ਼ਾ ਪਰ ਹੋ ਤੁਸਾਂ ਹਾਂਜੀ ਅਤੀਕ ਬਾਈ ਕਿਆ ਖਾਣਾ ਪਸੰਦ ਕਰ ਸੋ ਜੀ ਜਨਾਬ ਤੁਸੀਂ ਜੋ ਕੁਝ ਖਲਾਸੋ ਇਹ ਮੈਨਿਊ ਇਹਨਾਂ ਨਾਲ ਤਵਾ ਸਪੈਸ਼ਲ ਹੈ ਤਵਾ ਸਪੈਸ਼ਲ ਹੈ ਨਾ ਚਾਈਨੀਜ਼ ਹੈ ਉਸ ਤੋਂ ਬਾਅਦ ਮਟਨ ਹੈ ਸਪੈਸ਼ਲ ਗਿਆ ਹੈ ਇਹਨਾਂ ਨਾਲ ਸਪੈਸ਼ਲ ਇਹਨਾਂ ਜਨਾਬ ਜਿੱਥੇ ਤੱਕੋ ਹਾਂਡੀ ਨਾਲ ਇਹਨਾਂ ਸਪੈਸ਼ਲ ਲਿਖਿਆ ਹੋਇਆ ਇਹਨਾਂ ਨੇ ਸਪੈਸ਼ਲ ਸਪੈਸ਼ਲ ਹੈ ਆ ਜਿੱਥੇ ਤੱਕੋ ਜੀ ਵਾਟ ਸਪੈਸ਼ਲ ਬਟਨ ਕੜਾਈ ਹੈ ਆਦਰ ਮਾਰਸੋ ਮਾਰ ਚਾਚਾ ਅਸਲਾਮ ਅਲੈਕਮ ਚਾਚਾ ਚਾਚਾ ਕਿਹੜੀ ਚੀਜ਼ ਤੁਹਾਨੂੰ ਸਪੈਸ਼ਲ ਹੈ ਇਸ ਟਾਈਮ ਆਦਰ ਮਾਰ ਦੇਸੀ ਮੁਰਗ ਕੜਾਈ ठीक हो गया तो बट अच्छा बट देसी मुर्गा कड़ाई सही सही ये वाकई मुर्गा देसी है या इनवे फार्मी भाई पत्ता किस तरह लग सी चाचा मैं क्या गल दसो ये सामने वो पार रखे हुए ने चेक करा के जबा करा पल पक्की गल है बड़ी जबरदस्त माशाल्लाह चाचा और मारसो जी ने झंडा लाया पाकिस्तानी बट कड़ाई ए कश्मीर ना सॉरी वो मुंह निकली गया ना कश्मीर पाकिस्तान जबरदस्त चाचा मैं ना कमाल हो गया इसे इसे झंडे पर क्या ऑर्डर करा फिर क्या करा देसी कुकड़ खास हो या देसी कुकड़ खास हो या बकरा खास बकरा खास हो या खास हो या वो नहीं बावन जी हजरत क्या मुर्गा पक्की गल है चाचा मुर्गा करो दबा करो है कर ही ओड़ा जी मिला कर दी आपके जी के जी आपके जी बंदे तक ही नो के जी कर ले कर ही ओड़ा के जी कर ही ओड़ा जी वजन भी इतना ही बद सी ना ये ना वह के जी ने साधा ना सड़ा वजन भी के जी बदना चाहिए ना चाचा ना बदे आना फिर वेख ले जाए जी मुर्गा चेक करा या इना पर ट्रस्ट करना चाहिए यकीन तो चलो बंदा कुछ नहीं जबान अपने करी सकना सही है चलो अपनी ऑडियंस जी असने पैना पर तकने ले उनकी पता लग जाना देसी देसी आ ये गल है नान चाचा नान नहीं पाई नान नहीं रोटी जीरो चाचर आया जी तुसा अपनी मर्जी नाल जड़ा नहीं है चेक करो जड़ा पसंद अच्छा काला नीला चिटा हाँ जी ठीक भाई जी जी चलो चलो चूजा सही थे ना नीला नीले रंग सही है अस्सलाम वालेकुम और सुनाओ ये खाली की हैं जी चाचा राणे जी परसा है इन्हें की ते इस टाइम असा जा ही रहे हैं जी मुर्गा तकने वास्ते पता नहीं है केड़ी साइड रखे ने रोडू पार ही है वो पार बट कड़ाई ना लोगो है इतना नज़र नहीं छना सी क्योंकि लाइट बहुत ज़्यादा तेज़ है बच्चे है जी ए मटन नहीं चल जानी फिर वो भूं खाई कहें अगे जड़ा नहीं है लगना सोना ही है चाचा कहना है सोना केड़ी जगह कारे सने आए खाए खाए चाचा सोना दिया अपने जी आ जाता ए बिल्कुल सही है फिर सोना है वाकई सोना है चाचा करिए रो ना वजन कितना होसी सर और वजन छह बंदे दे लो तो ज्यादा ही निकल सी मां छह बंदे दे छह बंदे ने चाचा दो दबा कर करी नहीं दो नहीं ये साफ सूफ करी थी इसने कह रही है सिर्फ किलो भी नहीं देने लगा फिर दो दबा कर ले ये फिर वजन तो सारे ने ओ भाई ये डिसाइड कर ले बाऊ जी क्या करना खुद ज्यादा हो या सी ने कम ज्यादा हो निकल कर अस ना निकल आज भी ने खा पी जा सन क्या कर रहे हो ਨਹੀਂ ਕਿਆ ਲੱਗਿਆ ਨਹੀਂ ਨਹੀਂ ਠੀਕ ਹੈ ਤੱਕੀ ਕਿਵੇਂ ਆ ਲਬੜਾ ਦੋ ਚਾਚਾ ਜਵਾਨ ਤਾਂ ਆਏ ਆ ਰਾਤੀ ਸੇਣਾ ਵੀ ਆਉਣੇ ਰਾਤੀ ਥੋੜਾ ਇਹ ਕਿਹੜਾ ਦੋ ਰਾਤੀ ਅਜੇ ਸ਼ਾਦੀ ਵੀ ਕੋਣੀ ਹੈ ਚਾਚਾ ਜੱਫਾ ਮਾਰਨੀ ਨਾ ਦੋ ਉਹ ਨਹੀਂ ਚਾਚਾ ਸਿੰਗਲ ਹੈ ਅਜੇ ਨਹੀਂ ਮੇਰੀ ਗੱਲ ਸੁਣ ਮਾਰੋ ਕੁੱਪੜ ਇਹਨਾਂ ਬਸੀ ਘਟਾ ਅਜੇ ਕੰਮ ਤੁਰਿਆ ਕੋ ਨਹੀਂ ਅੱਗੇ ਨਹੀਂ ਨਹੀਂ ਕੋਣੀ ਚਾਚਾ ਚਾਚਾ ਦੁਆ ਕਰੋ ਦੇਸੀ ਹੈ ਪੱਕੀ ਚਾਚਾ ਰਹਿ ਬੜੇ ਜਿਹੜਾ ਨੇ ਸ਼ਰਾਰਤੀ ਇੱਥੇ ਜਨਾਬ ਮਾਮਲਾਤ ਫਸੀ ਗਏ ਸਮਝ ਨਹੀਂ ਲੱਗਣੀ ਵੀ ਕਿਆ ਕੀਤਾ ਜਾਏ ਕਿਹੜਾ ਜਿੰਨਾ ਜੇ ਕਿਆ ਵਜ੍ਹਾ ਜੀ ਚਾਚਾ ਆਹਨੇ ਦੋ ਰੱਖੋ ਠੀਕ ਹੈ ਭਾਈਓ ਆਹਨੇ ਕਿ ਘੰਟਾ ਲਾਸੀ ਇੱਕ ਨਿੱਕੇ ਨਿੱਕੇ ਦੋ ਰੱਖੋ ਇੱਕ ਕਰ ਲੋ ਨਾ ਮੇਰਾ ਇਹ ਕਹਿਣਾ ਨਹੀਂ ਇੱਕ ਬੜਾ ਇੱਕ ਨਿੱਕਾ ਇੱਕ ਬੜਾ ਇੱਕ ਨਿੱਕਾ ਅੱਛਾ ਇੱਕ ਬੜਾ ਇਤਨਾ ਦਾ ਟਾਈਮ ਅਸਾਂ ਕੀ ਪੇਮੈਂਟ ਕੀ ਨਹੀਂ ਲਗਾਇਆ ਨਹੀਂ ਲਗਾ ਜੀ ਮਾਸ਼ਾਅੱਲਾ ਜੀ ਆ ਗਿਆ ਜੀ ਸਾਡਾ ਸਮਾਨ ਸਭ ਦੋਏ ਕੁੱਕੜ ਦੇ ਦੋਏ ਲੈਦਾ ਲੈਦਾ ਬਣਾਈ ਨਹੀਂ ਇੱਕ ਮਿਕਸ ਕਰੀ ਉਹਦੇ ਮਾਸਟਰ ਜੀ ਚੈੱਕ ਕਰਿਆ ਗਾਟਾ ਫੋਟਾ ਕੜਾ ਸਾ ਜੀ ਉਹ ਲੰਮੀ ਗਰਦਨੀ ਲੱਗੜਾ ਹੈ ਜੀ ਇਹ ਚੈੱਕ ਕਰ ਸੋ ਇਹ ਲੰਮੀ ਗਰਦਨੀ ਲਾਇਆ ਨੇ ਇੱਕ ਆ ਸਬੂਤ ਲਬਾ ਸਹੀ ਭਾਈਓ ਨਾ ਪਾਇਆ ਭਾਈਓ ਨਾ ਪਾਇਆ ਉਹਦੇ ਟੰਗਾ ਲੰਮੀਆਂ ਹੈ ਮੜੇ ਹਲਾ ਇਹ ਗੱਲਾਂ ਮਾਰ ਪੜਾ ਕਿ ਜਗ੍ਹਾ ਹੈ ਕਾਰ ਕੰਪਨੀ
बिल्कुल जी, त्रै दिन पहले मैं गया सा बाग, ते तुसा ने जनाब उत्थे खादा चिकन, ओए होए होए त्रै दिन याद रहा जी। कुलचे नहीं खादे? कुलचे मासी जी नमकीन इतने होने जे दिल ही नहीं करना था। राय साहब तुसा ही टिक्के कैसे लगी रे मलाई वाले? बेहतरीन माशाल्लाह। माशाल्लाह जी, देसी मुर्गा तैयार हो आई गया, देसी घ्यो विच पे, देसी घी नाल, वाह। बाकी हुण गल्लां बाद ही सुन, ठंडा हो जा।